ਦੁਨੀਆ ਦਾ ਸਭ ਤੋਂ ਵੱਡਾ ਕਰੂਜ਼ ਜਹਾਜ਼ ਆਪਣੀ ਪਹਿਲੀ ਯਾਤਰਾ ਫਲੋਰੀਡਾ ਦੇ ਮਿਆਮੀ ਤੋਂ ਭਰ ਰਿਹਾ ਹੈ। ਆਈਕਨ ਆਫ ਦ ਸੀਜ਼ ਨਾਮ ਦਾ ਕਰੂਜ਼ ਜਹਾਜ਼ 365 ਮੀਟਰ ਯਾਨੀ ਕਿ 1197 ਫੁੱਟ ਲੰਮਾ ਹੈ। ਇਸ ਦੇ ਵਿੱਚ 20 ਡੈਕ ਨੇ ਅਤੇ 7600 ਯਾਤਰੀ ਇੱਕੋ ਸਮੇਂ ਸਫ਼ਰ ਕਰ ਸਕਦੇ ਨੇ। ਇਹ ਕਰੂਜ਼ ਰੋਇਲ ਕੈਰੇਬੀਅਨ ਗਰੁੱਪ ਦੇ ਨਾਲ ਸੰਬੰਧਿਤ ਹੈ। ਆਪਣੀ ਪਹਿਲੀ ਯਾਤਰਾ ਦੇ ਦੌਰਾਨ ਇਹ ਕਰੂਜ਼ ਜਹਾਜ਼ 7 ਦਿਨਾਂ ਦਾ ਸਫ਼ਰ ਪੂਰਾ ਕਰੇਗਾ। ਇਸ ਜਹਾਜ਼ ਦੇ ਵਿੱਚ 7 ਸਵਿਮਿੰਗ ਪੂਲ ਨੇ। ਇਸ ਤੋਂ ਇਲਾਵਾ ਇਸ ਦੇ ਵਿੱਚ 6 ਵਾਟਰ ਸਲਾਈਡਸ, 40 ਰੈਸਟੋਰੈਂਟ ਬਾਰ ਅਤੇ ਲੌਂਚ ਵੀ ਨੇ। ਇਸ ਜਹਾਜ਼ ਦੇ ਵਿੱਚ ਸੈਂਟਰਲ ਪਾਰਕ ਨਾਂ ਦਾ ਇੱਕ ਛੋਟਾ ਜਿਹਾ ਬਗੀਚਾ ਵੀ ਹੈ ਜਿਸ ਦੇ ਵਿੱਚ ਅਸਲੀ ਰੁੱਖ ਅਤੇ ਪੌਦੇ ਲਗਾਏ ਗਏ ਨੇ। ਇਸ ਪਾਰਕ ਉੱਪਰ ਇੱਕ ਤੈਰਾਕ ਦੀ ਮੂਰਤੀ ਲਗਾਈ ਹੋਈ ਹੈ। ਦੂਜੇ ਪਾਸੇ ਵਾਤਾਵਰਨ ਪ੍ਰੇਮੀ ਇਸ ਜਹਾਜ਼ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ LNG ਤੇ ਚੱਲਣ ਵਾਲਾ ਇਹ ਜਹਾਜ਼ ਸਮੁੰਦਰ ਦੇ ਵਿੱਚ ਭਾਰੀ ਮਾਤਰਾ 'ਚ ਮੀਥੇਨ ਗੈਸ ਛੱਡੇਗਾ। ਸਮੁੰਦਰੀ ਜਹਾਜ਼ਾਂ ਦੇ ਵਿੱਚ ਵਰਤੇ ਜਾਣ ਵਾਲੇ ਰਵਾਇਤੀ ਸਮੁੰਦਰੀ ਬਾਲਣ ਦੀ ਤੁਲਨਾ ਦੇ ਵਿੱਚ LNG ਬਿਹਤਰ ਹੈ। ਇਹ ਘੱਟ ਮਾਤਰਾ ਦੇ ਵਿੱਚ ਪ੍ਰਦੂਸ਼ਣ ਕਰੇਗਾ ਪਰ ਇਸ ਦੇ ਲੀਕ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਹਾਲਾਂਕਿ ਰੋਇਲ ਕੈਰੇਬੀਅਨ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਆਧੁਨਿਕ ਜਹਾਜ਼ਾਂ ਦੇ ਅੰਤਰਰਾਸ਼ਟਰੀ ਸਮੁੰਦਰੀ ਮਿਆਰ ਦੇ ਅਨੁਸਾਰ ਇਹ ਜਹਾਜ਼ 24% ਘੱਟ ਗੈਸ ਕੱਢੇਗਾ।